ਵੇਖੋ ਯਾਦ ਰੱਖੋ, ਜਦੋਂ ਕਰਨਾ ਹੁੰਦਾ ਨਾ ਕਰਨਾ, ਉਦੋਂ ਕਿਹਾ ਕਰੋ ਮੈਂ ਸਿਹਤ ਠੀਕ ਕਰਨੀ ਹੈ, ਮੈਂ ਜਿੰਮ ਕਰਨੀ ਹੈ, ਮੈਂ ਐਕਸਰਸਾਈਜ਼ ਕਰਨੀ ਹੈ, ਮੈਂ ਫਸਲ ਬੀਜਣੀ ਹੈ, ਉਦੋਂ ਜ਼ਿੰਮੇਵਾਰੀ ਲਿਆ ਕਰੋ। ਅਤੇ ਜਦੋਂ ਰਿਜ਼ਲਟ ਨਿਕਲੇ, ਮਾੜਾ ਹੋਵੇ ਚੰਗਾ ਹੋਵੇ, ਉਦੋਂ ਕਿਹਾ ਕਰੋ ਜੋ ਤੁਧ ਭਾਵੈ ਸਾਈ ਭਲੀ ਕਾਰ, ਇੱਦਾਂ ਕਿਹਾ ਕਰੋ। ਉਦੋਂ ਕਿਹਾ ਕਰੋ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ, ਉਦੋਂ ਕਿਹਾ ਕਰੋ ਠੀਕ ਹੈ ਸਾਰਾ ਕੁਛ। ਸਬਰ ਆਵੇ ਸਾਡੇ ਅੰਦਰ, ਭਾਣਾ ਆਵੇ, ਰਜਾ 'ਚ ਰਹਿਣਾ ਸਿੱਖੀਏ। ਮੈਂ ਬੜਾ ਯਤਨ ਕੀਤਾ, ਮੈਂ ਵੀਜ਼ਾ ਅਪਲਾਈ ਕੀਤਾ, ਮਿਹਨਤ ਕੀਤੀ, ਨਹੀਂ ਲੱਗਿਆ, ਇੱਕ ਵਾਰੀ ਨਹੀਂ ਲੱਗਿਆ, ਦੋ ਵਾਰੀ ਨਹੀਂ ਲੱਗਿਆ, ਬਸ ਫਿਰ ਉਦੋਂ ਆਖੋ ਕੋਈ ਗੱਲ ਨਹੀਂ, ਇਹਦੇ 'ਚ ਭਲਾ ਹੋਣਾ, ਇਹਦੇ 'ਚ ਭਲਾ। ਉਦੋਂ ਫਿਰ ਆਪਣੇ ਮਨ ਨੂੰ ਖਿਲਾਰੀਦਾ ਹੁੰਦਾ, ਮਨ ਨੂੰ ਖਿਲਾਰਨ ਵਾਸਤੇ ਫਿਰ ਤੁਸੀਂ ਇੱਦਾਂ ਸ਼ਬਦ ਪੜ੍ਹਨੇ ਨੇ ਵੀ ਭਾਈ ਕੋਈ ਗੱਲ ਨਹੀਂ, ਜਿੱਥੇ ਰੱਖਿਆ ਸੀ ਉੱਥੇ ਰਹਿਣਾ, ਜਿੱਥੇ ਰੱਖੇਗਾ ਮਾਲਕਾ ਉੱਥੇ ਰਹਿਣਾ, ਇੱਦਾਂ ਸੋਚਣਾ, ਇਹਦੇ 'ਚ ਹੀ ਭਲਾ ਹੋਣਾ। ਸੁਣਾਇਆ ਕਰਦੇ ਸੀ ਕਈ ਵਾਰੀ, ਕਹਿੰਦੇ ਬੰਦਾ ਸੋਚਦਾ ਇੱਦਾਂ ਨਹੀਂ ਇੱਦਾਂ ਹੋਵੇ, ਇੱਦਾਂ ਨਹੀਂ ਇੱਦਾਂ ਹੋਵੇ, ਪਰ ਜੋ ਹੁੰਦਾ ਕਿਤੇ ਨਾ ਕਿਤੇ ਭਲੇ ਲਈ ਹੁੰਦਾ। ਇੱਕ ਵਾਰੀ ਅਕਬਰ ਦੇ ਦਰਬਾਰ ਵਿੱਚ, ਮਾਫ ਕਰਨਾ, ਕਿਸੇ ਬਾਦਸ਼ਾਹ ਦੇ ਦਰਬਾਰ ਵਿੱਚ, ਅਕਬਰ ਅਤੇ ਬੀਰਬਲ ਦੀ ਗੱਲ, ਨਾਮ ਜ਼ਿਆਦਾ ਪ੍ਰਚਲਿਤ ਹੈ ਤਾਂ ਦਿਮਾਗ 'ਚ ਆ ਜਾਂਦਾ। ਬਾਦਸ਼ਾਹ ਦੇ ਦਰਬਾਰ ਵਿੱਚ ਵਜ਼ੀਰ ਸੀ ਅਤੇ ਬਾਦਸ਼ਾਹ ਦੀ ਇੱਕ ਵਾਰੀ ਉਂਗਲ ਕੱਟੀ ਗਈ, ਅਤੇ ਜਦੋਂ ਪੈਰ ਦੀ ਉਂਗਲ ਕੱਟੀ ਗਈ, ਉਹਦਾ ਵਜ਼ੀਰ ਕਹਿੰਦਾ ਬਹੁਤ ਭਲਾ ਹੋਇਆ, ਚੰਗਾ ਹੋਇਆ। ਹੁਣ ਉਹਦੇ ਸਮਝਾ ਰਿਹਾ ਵੀ ਤੂੰ ਕਹਿ ਜੋ ਹੋਇਆ ਠੀਕ ਹੈ, ਕੋਈ ਨਹੀਂ। ਹੁਣ ਵਜ਼ੀਰ ਹੌਂਸਲਾ ਦੇ ਰਿਹਾ, ਆਪਾਂ ਵੀ ਤਾਂ ਇੱਦਾਂ ਹੀ ਹੌਂਸਲਾ ਦੇਣਾ ਹੁੰਦਾ ਵੀ ਕੋਈ ਨਹੀਂ, ਜੋ ਹੁਣ ਹੋ ਗਿਆ ਹੋ ਗਿਆ। ਕਿਸੇ ਦੇ ਘਰ ਦੁੱਖ ਸੁੱਖ ਹੋਵੇ, ਆਪਾਂ ਕਹਿੰਦੇ ਕੋਈ ਨਹੀਂ, ਹੁਣ ਜੋ ਹੋ ਗਿਆ ਹੋ ਗਿਆ, ਭਾਣਾ ਮੰਨੋ। ਵਜ਼ੀਰ ਕਹਿੰਦਾ ਜੋ ਹੋਇਆ ਭਲਾ ਹੋਇਆ। ਉਹ ਕਹਿੰਦਾ ਮੇਰੀ ਉਂਗਲ ਕੱਟੀ ਗਈ, ਤੂੰ ਕਹੀ ਜਾਂਦਾ ਭਲਾ ਹੋਇਆ, ਮੇਰਾ ਨੁਕਸਾਨ ਹੋ ਗਿਆ, ਤੂੰ ਕਹੀ ਜਾਂਦਾ ਭਲਾ ਹੋਇਆ, ਇਹ ਕਿਵੇਂ ਭਲਾ ਹੋਇਆ? ਮੇਰੀ ਉਂਗਲ ਕੱਟੀ ਗਈ, ਤੂੰ ਭਲਾ ਭਲਾ ਕਰੀ ਜਾਂਦਾ। ਉਹਨੇ ਵਜ਼ੀਰ ਨੂੰ ਕਿਹਾ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ। ਜਦੋਂ ਵਜ਼ੀਰ ਨੂੰ ਕੱਢਣ ਲੱਗੇ, ਕਹਿੰਦਾ ਬਾਦਸ਼ਾਹ ਸਲਾਮਤ, ਇਹ ਵੀ ਭਲਾ ਹੀ ਹੋਇਆ, ਇਹ ਵੀ ਭਲਾ ਹੀ ਹੋਇਆ। ਉਹ ਜਦੋਂ ਧੱਕੇ ਮਾਰ ਕੇ ਕੱਢਿਆ, ਦਰਬਾਰ 'ਚੋਂ, ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ, ਕੱਢ ਦਿੱਤਾ ਗਿਆ, ਉਹ ਕਹਿੰਦਾ ਫਿਰ ਵੀ ਭਲਾ ਹੀ ਹੋਇਆ, ਭਲਾ ਹੋਇਆ। ਚਲੋ ਜੀ, ਸਮਾਂ ਲੰਘਦਾ ਗਿਆ, ਬਾਦਸ਼ਾਹ ਇਕੱਲਾ ਸ਼ਿਕਾਰ ਖੇਡਣ ਵਾਸਤੇ ਗਿਆ। ਜਦੋਂ ਸ਼ਿਕਾਰ ਖੇਡਣ ਗਿਆ, ਕਿਤੇ ਉਹ ਜੰਗਲੀ ਲੋਕਾਂ ਦੇ ਹੱਥ ਆ ਗਿਆ। ਉਹ ਜੰਗਲੀ ਲੋਕ, ਉਹ ਫਿਰ ਲੱਗੇ ਸੀ ਬਲੀ ਦੇਣ, ਅਤੇ ਉਹ ਦੇਵੀ ਦੀ ਮੂਰਤੀ ਲਾਈ ਹੋਈ ਹੈ, ਕਹਿੰਦੇ ਬੰਦੇ ਦੀ ਬਲੀ ਦੇਣੀ ਹੈ। ਉਹ ਰਾਜਾ ਉਹਨਾਂ ਦੇ ਹੱਥ ਆ ਗਿਆ, ਇਕੱਲਾ ਹੀ ਸੀ ਰਾਜਾ, ਸ਼ਿਕਾਰ ਖੇਡਦਾ ਖੇਡਦਾ ਅੱਗੇ ਲੰਘ ਗਿਆ, ਇਕੱਲਾ ਹੀ ਰਹਿ ਗਿਆ। ਉਹਨਾਂ ਨੇ ਰਾਜਾ ਫੜ ਲਿਆ, ਬਲੀ ਦਿਓ ਬਲੀ ਦਿਓ। ਜਦੋਂ ਨਵਾ ਧਵਾ ਕੇ ਲੱਗੇ ਬਲੀ ਦੇਣ, ਇੱਕ ਬੰਦੇ ਨੇ ਵੇਖਿਆ, ਕਹਿੰਦੇ ਨਾ ਨਾ ਨਾ, ਇਹਦੀ ਬਲੀ ਨਹੀਂ ਲੱਗਣੀ। ਕਹਿੰਦੇ ਕਿਉਂ? ਕਹਿੰਦੇ ਇਹਦੀ ਤਾਂ ਉਂਗਲੀ ਕੱਟੀ ਹੋਈ ਹੈ, ਅੰਗ ਭੰਗ ਹੋਵੇ ਜਿਸ ਬੰਦੇ ਦਾ, ਉਹਦੀ ਬਲੀ ਨਹੀਂ ਲੱਗਦੀ, ਕਹਿੰਦੇ ਤਾਂ ਕਰਕੇ ਇਹਦੀ ਬਲੀ ਨਹੀਂ ਲੱਗਣੀ, ਇਸ ਬੰਦੇ ਦੀ ਤਾਂ ਉਂਗਲੀ ਕੱਟੀ ਹੋਈ ਹੈ। ਉਹ ਰਾਜਾ ਛੱਡਤਾ ਉਹਨਾਂ ਨੇ, ਬਾਦਸ਼ਾਹ ਛੱਡਤਾ, ਉਹ ਆ ਗਿਆ ਵਾਪਸ। ਉਹ ਕਹਿੰਦਾ ਵਜ਼ੀਰ ਨੂੰ ਸੱਦੋ, ਉਹਨੇ ਕਿਹਾ ਸੀ ਨਾ ਜਦੋਂ ਉਂਗਲੀ ਕੱਟੀ ਗਈ ਵੀ ਇਹ ਭਲਾ ਹੀ ਹੋਇਆ, ਵਜ਼ੀਰ ਨੂੰ ਸੱਦੋ। ਉਹਨਾਂ ਵਜ਼ੀਰ ਸੱਦ ਲਿਆ।
ਉਹ ਕਹਿੰਦੇ ਵਜ਼ੀਰਾ ਤੈਨੂੰ ਨੌਕਰੀ ਦੁਬਾਰਾ ਦੇਣੀ ਹੈ, ਤੂੰ ਤਾਂ ਕਿਹਾ ਸੀ ਵੀ ਭਲਾ ਹੀ ਹੋਵੇ, ਵੀ ਚੰਗਾ ਹੀ ਹੋਇਆ, ਤੇਰੀ ਉਂਗਲੀ ਕੱਟੀ ਗਈ ਭਲਾ ਹੋਇਆ, ਇਹ ਤਾਂ ਮੈਂ ਤਾਂ ਬਚ ਗਿਆ, ਤੂੰ ਸਹੀ ਕਹਿੰਦਾ ਸੀ ਭਲਾ ਹੀ ਹੋਇਆ। ਕਹਿੰਦਾ ਜੀ ਦੇਖ ਲਓ ਬਾਦਸ਼ਾਹ ਸਲਾਮਤ ਭਲਾ ਹੀ ਹੋਇਆ। ਫਿਰ ਕਹਿੰਦੇ ਜਦੋਂ ਤੈਨੂੰ ਕੱਢਿਆ ਸੀ ਨੌਕਰੀ ਤੋਂ ਤੂੰ ਉਦੋਂ ਵੀ ਕਿਹਾ ਸੀ ਭਲਾ ਹੀ ਹੋਇਆ, ਇਹ ਕਿਉਂ ਕਿਹਾ ਸੀ? ਕਹਿੰਦੇ ਜੀ ਜੰਗਲ 'ਚ ਆਪਾਂ ਸਾਰਿਆਂ ਨੇ ਜਾਣਾ ਸੀ, ਤੁਸੀਂ ਮੈਨੂੰ ਵੀ ਲੈ ਕੇ ਜਾਣਾ ਸੀ, ਸਾਰੇ ਸਾਥ ਛੱਡ ਜਾਂਦੇ, ਮੈਂ ਸਾਥ ਛੱਡਣਾ ਨਹੀਂ ਸੀ। ਕਹਿੰਦੇ ਫਿਰ, ਕਹਿੰਦੇ ਜਦੋਂ ਤੈਨੂੰ ਵੇਖ ਲੈਂਦੇ ਵੀ ਤੇਰੀ ਉਂਗਲ ਕੱਟੀ, ਉਹਨਾਂ ਨੇ ਫਿਰ ਮੈਨੂੰ ਫੜ ਲੈਣਾ ਸੀ, ਜਿਹੜਾ ਤੂੰ ਮੈਨੂੰ ਕੱਢਤਾ ਇਹ ਵੀ ਭਲਾ ਹੀ ਹੋਇਆ, ਜਿਹੜਾ ਮੈਨੂੰ ਕੱਢਤਾ ਇਹ ਵੀ ਭਲਾ ਹੀ ਹੋਇਆ ਨਾ, ਨਹੀਂ ਤਾਂ ਮੈਂ ਫਸ ਜਾਣਾ ਸੀ ਤੇਰੇ ਨਾਲ ਹੁੰਦਾ ਜੇ। ਤਾਂ ਕਰਕੇ ਜੋ ਹੁੰਦਾ ਹੈ ਭਲਾ ਹੁੰਦਾ, ਅਸੀਂ ਇੱਦਾਂ ਸੋਚਣਾ ਹੁੰਦਾ ਭਰਾਵੋ। ਕਰਨ ਵੇਲੇ ਕਹੀਦਾ ਮੈਂ ਕਰਨਾ ਹੈ, ਹੁਣ ਐਂ ਬੈਠਾ ਰਹਿ, ਅੱਜ ਮੈਂ ਸਕੂਲ ਨਹੀਂ ਗਿਆ ਭਲਾ ਹੀ ਹੋਇਆ, ਉਦੋਂ ਨਹੀਂ ਕਹਿਣਾ ਇੱਦਾਂ ਭਲਾ ਹੀ ਹੋਇਆ, ਏਸੀ ਖਰਾਬ ਹੈ ਭਲਾ ਹੀ ਹੋਇਆ, ਕੁੰਡੀ ਟੁੱਟੀ ਪਈ ਹੈ ਘਰ ਦਾ ਕੰਮ ਹੋਣ ਵਾਲਾ, ਘਰ ਵਾਲੀ ਕਹਿੰਦੀ ਜੀ ਆਟਾ ਮੁੱਕ ਗਿਆ ਪਿਆ ਲਿਆਓ, ਕੋਈ ਨਹੀਂ ਭਲਾ ਹੀ ਹੋਇਆ। ਕੱਪੜੇ ਧੋਣ ਵਾਲੀ ਮਸ਼ੀਨ ਖਰਾਬ ਹੈ ਜੀ, ਕੰਮ ਆਪਾਂ ਕੱਪੜਿਆਂ ਵਾਲੀ ਮਸ਼ੀਨ ਠੀਕ ਕਰਾ ਲਓ, ਕੋਈ ਨਹੀਂ ਭਲਾ ਹੀ ਹੋਇਆ। ਇਹ ਛਿੱਤਰਾਂ ਦੇ ਲਾਇਕ ਦਾ ਭਲਾ ਇੱਥੇ ਥੋੜ੍ਹਾ ਕਹਿਣਾ, ਇਹ ਗਲਤ ਗੱਲ ਕਰਨਾ ਤੂੰ। ਵੇਖੋ ਆਟਾ ਭਿਉਣ ਗਏ ਸੀ, ਅੱਗੇ ਮਸ਼ੀਨ ਚੱਕੀ ਬੰਦ ਸੀ, ਘਰੇ ਆਇਆ ਘਰ ਵਾਲੀ ਨੂੰ ਕਹਿੰਦਾ ਵੀ ਭਾਗਵਾਨ ਨੇ, ਮੈਂ ਗਿਆ ਸੀ ਚੱਕੀ ਵਾਲਿਆਂ ਦੀ ਚੱਕੀ ਸੜੀ ਪਈ ਹੈ, ਉਹ ਮੋਟਰ ਸੜ ਗਈ, ਆਟਾ ਪੀ ਨਹੀਂ ਸਕੇ ਅੱਜ, ਚੌਲ ਬਣਾ ਲੈ। ਉਹ ਕਹਿੰਦੀ ਚੌਲ ਤੇ ਮੁੱਕੇ ਪਏ ਹੈ ਗਵਾਂਢੀਆਂ ਦਿਓ, ਕਹਿੰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ, ਚੱਲ ਐਂ ਕਰ ਅੱਜ ਪਾਣੀ ਪੀ ਕੇ ਸੌਂ ਜਾਂਦੇ ਹਾਂ, ਉਦੋਂ ਫਿਰ ਕਹਿਣਾ ਹੈ ਭਲਾ ਹੀ ਹੋਇਆ, ਕਿਉਂਕਿ ਮੈਂ ਮਿਹਨਤ ਤਾਂ ਬਹੁਤ ਕੀਤੀ ਨਾ ਅੱਜ, ਉਦੋਂ ਕਹਿਣਾ ਭਲਾ ਹੋਇਆ, ਚੰਗਾ ਹੀ ਹੋਇਆ, ਭਲਾ ਹੀ ਹੋਇਆ। ਉਦੋਂ ਫਿਰ ਇਹ ਕਹੋ ਵੀ ਚੱਲ ਅੱਜ ਫਾਸਟਿੰਗ ਹੀ ਸੀ, ਅੱਜ ਇੱਕ ਦਿਨ ਭੁੱਖ ਹੜਤਾਲ, ਲੀਵਰ ਨੂੰ ਵੀ ਰੈਸਟ ਦੇਣੀ ਚਾਹੀਦੀ ਕਿ ਨਹੀਂ? ਮੇਦਾ ਸਰੀਰ ਸਾਰਾ ਦਿਨ ਚੱਲਦਾ ਹੀ ਰਹਿੰਦਾ। ਆ ਮੈਂ ਪਿਛਲੇ 2 ਮਹੀਨਿਆਂ ਤੋਂ ਸ਼ੁਰੂ ਕੀਤਾ ਹਫ਼ਤੇ ਵਿੱਚ ਇੱਕ ਦਿਨ ਫਾਸਟਿੰਗ ਕਰਨੀ, ਬੜਾ ਫਰਕ ਪੈਂਦਾ ਇਹਦੇ ਨਾਲ। ਹਫ਼ਤੇ 'ਚ ਇੱਕ ਦਿਨ ਕੁਝ ਨਹੀਂ ਖਾਣਾ, ਸਾਰਾ ਦਿਨ ਖਾਲੀ ਰੱਖੋ। ਇੱਦਾਂ ਕਰੋ ਵੀ ਜਿਵੇਂ ਅੱਜ ਰਾਤ ਨੂੰ ਰੋਟੀ ਖਾ ਲਈ, ਰੋਟੀ ਖਾ ਕੇ ਸੌਂ ਜਾਓ, ਸਵੇਰੇ ਪਾਣੀ ਪੀਓ, ਜੇ ਮਰਦਾ ਹੀ ਹੈ ਨਹੀਂ ਸਰਦਾ ਫਿਰ ਚਾਹ ਦਾ ਘੁੱਟ ਭਰ ਲੈ, ਵੀ ਜੇ ਚਾਹ ਨਾਲ ਸਿਰ ਦੁੱਖਦਾ ਤੇਰਾ, ਚੱਲ ਚਾਹ, ਐਂ ਨਹੀਂ ਵੀ 3 ਕੁੱਲੇ ਚਾਹ ਦੀ ਪੀ ਲੇ, ਫਿਰ ਐਂ ਨਹੀਂ ਖਾਣਾ ਨਹੀਂ ਕੁਛ, ਨਾ ਚਾਹ ਨਾਲ ਖਾਣਾ, ਤੇਰੇ ਦੰਦ ਨਹੀਂ ਹਿੱਲਣੇ ਚਾਹੀਦੇ, ਬਸ ਤੂੰ ਐਂ ਨਾ ਕਰੇ ਦੰਦ ਨਹੀਂ ਹਿੱਲਣ, ਪਾਣੀ ਪੀ ਲੈ, ਨਾਰੀਅਲ ਪਾਣੀ ਪੀ ਲਓ, ਅਤੇ ਨਹੀਂ ਤਾਂ ਫਿਰ ਚਲੋ ਜੇ ਤੇਰਾ ਸਿਰ ਦੁੱਖਦਾ ਤਾਂ ਚਾਹ ਥੋੜ੍ਹੀ ਪੀ ਲੈ, ਬਸ ਪਾਣੀ ਪੀ ਪੀ ਜਾ ਸਾਰਾ ਦਿਨ, ਠੰਡਾ ਪਾਣੀ ਨਹੀਂ ਤਾਜ਼ਾ ਪਾਣੀ ਅੱਜ ਕੱਲ੍ਹ ਪੀ ਲਓ, ਥੋੜ੍ਹਾ ਨਿੱਘਾ ਹੋਵੇ ਚੰਗਾ, ਅਤੇ ਰਾਤ ਨੂੰ ਫਿਰ 8 ਵਜੇ ਰਾਤ ਵਾਲੀ ਰੋਟੀ ਖਾ ਲਓ। ਤੁਸੀਂ ਹਫ਼ਤੇ 'ਚ ਇੱਕ ਵਾਰ ਕਰਨਾ ਸ਼ੁਰੂ ਕਰ ਦਿਓ, 4 ਮਹੀਨਿਆਂ 'ਚ ਵੇਖਿਓ ਲੀਵਰ ਵੀ ਠੀਕ ਹੋਣ ਲੱਗ ਜਾਏਗਾ, ਸਫਾਈ ਹੋ ਜਾਂਦੀ ਹੈ। ਉਹ ਕਹਿੰਦਾ ਸ਼ੁਕਰ ਹੈ ਬਾਪੂ ਮੈਨੂੰ ਵਿਹਲਾ ਛੱਡਿਆ, ਸਵੇਰੇ 3-4 ਪਰੌਂਠੇ ਸਿੱਟ ਦਿੰਦਾ, ਸਾਰਾ ਦਿਨ ਉਹਨਾਂ ਨੂੰ ਨਿਬੇੜਨ 'ਤੇ ਮੇਰਾ ਲੱਗ ਜਾਂਦਾ, ਪਚਾਉਣ 'ਤੇ, ਮੁੜ ਕੇ ਦੁਪਹਿਰੇ ਮੈਨੂੰ ਥੋੜ੍ਹੀ ਜਿਹੀ ਰੈਸਟ ਮਿਲਦੀ ਹੈ, ਫਿਰ 5-7 ਰੋਟੀਆਂ ਲੰਗਰ 'ਚ ਕੜੀ ਨਾਲ ਖਾ ਲੈਂਦਾ, ਮੈਨੂੰ ਹੁਣ ਹਿਸਾਬ ਇਹ ਨਹੀਂ ਲੱਗਦਾ ਉਹਦਾ, ਮੈਂ ਜਦੋਂ ਨਿਬੇੜਨ ਲੱਗਦਾ ਫਿਰ ਉਹਨੇ ਨੂੰ ਹਿਸਾਬ ਨਹੀਂ ਆਉਂਦਾ, ਸ਼ਾਮ ਨੂੰ ਇਹ ਨਹੀਂ ਪਤਾ ਵੀ ਕਿਹੜੀ ਚੀਜ਼ ਚੱਕ ਕੇ ਜਦੋਂ ਜੀ ਕੀਤਾ ਮੁੱਠੀ ਦਾਣਿਆਂ ਦੀ ਭਰ ਕੇ ਖਾ ਲੈ,
ਰਾਤ ਨੂੰ 5-7 ਰੋਟੀਆਂ ਫੇਰ ਸਿੱਟ ਲਈਆਂ, ਉਹ ਤਾਂ ਵਿਚਾਰਾ ਪਰੇਸ਼ਾਨ ਹੀ ਰਹਿੰਦਾ ਵੀ ਮੈਂ ਕਰਾਂ ਕੀ। ਤੇ ਜਦੋਂ ਤੁਸੀਂ ਉਹਨੂੰ ਛੁੱਟੀ ਦਿਓਗੇ ਵੀ ਹਫ਼ਤੇ 'ਚ ਇੱਕ ਦਿਨ ਛੁੱਟੀ ਦਿਓਗੇ, ਤੁਹਾਡਾ ਮੇਦਾ, ਤੁਹਾਡਾ ਅੰਦਰਲਾ ਲੀਵਰ, ਤੁਹਾਡਾ ਸਾਰਾ ਸਾਫ਼ ਹੋ ਜਾਂਦਾ। ਪਾਣੀ ਪੀ ਵੀ ਚੱਲੋ, ਐਤਵਾਰ ਰੱਖੋ, ਛੁੱਟੀ ਰੱਖ ਲਿਆ ਕਰੋ, ਉਹਦੇ ਪਾਣੀ ਬਹੁਤ ਪੀਆ ਕਰੋ ਤਾਂ ਜੋ ਤੁਹਾਨੂੰ ਤੁਹਾਡਾ ਚੰਗੀ ਤਰ੍ਹਾਂ ਸਾਰਾ ਸਾਫ਼ ਹੋਵੇ। ਹਫ਼ਤੇ 'ਚ ਇੱਕ ਦਿਨ ਫਾਸਟਿੰਗ ਰੱਖੋ। ਇਹ ਜਿਹੜਾ ਭੁੱਖ ਰੱਖਣ ਦਾ ਮਤਲਬ ਇਹ ਨਹੀਂ ਸੀ ਹੁੰਦਾ ਕਿ ਤੁਸੀਂ ਇਹਦਾ ਰੱਬ ਨਾਲ ਧਰਮ ਨਾਲ, ਲੋਕਾਂ ਨੇ ਧਰਮ ਨਾਲ ਸੰਬੰਧ ਜੋੜ ਲਿਆ ਇਹਦਾ ਵੀ ਰੱਬ ਖੁਸ਼ ਹੋ ਜੂਗਾ ਜੀ ਮੈਂ ਭੁੱਖਾ ਰੂੰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਮਨ ਤਾਂ ਭੁੱਖਾ ਹੀ ਰਹੇਗਾ ਨਾ, ਗੱਲ ਧਰਮ ਮਨ ਦਾ ਵਿਸ਼ਾ, ਤੂੰ ਸਰੀਰ ਭੁੱਖਾ ਰੱਖੀ ਫਿਰਦਾ। ਉਹ ਤਾਂ ਮਨ 'ਤੇ ਕੰਮ ਕਰਨ ਨੂੰ ਧਰਮ ਹੀ ਬਣਨਾ ਕਹਿੰਦੇ ਆ, ਤੂੰ ਸਰੀਰ ਨੂੰ ਭੁੱਖਾ ਰੱਖੀ ਫਿਰਦਾ। ਸਰੀਰ ਨੂੰ ਠੀਕ ਰੱਖਣ ਵਾਸਤੇ ਅਸੀਂ ਭੁੱਖੇ ਰਹਿਣਾ, ਇਹਦਾ ਸੰਬੰਧ ਨਹੀਂ ਕੋਈ ਵੀ ਰੱਬ ਮਿਲਦਾ ਹੈ। ਪਰ ਇੱਕ ਦਿਨ ਰੱਖੋ, ਫਾਸਟਿੰਗ ਰੱਖਣੀ ਚਾਹੀਦੀ ਹੈ। ਆਪਣੇ ਮੁੰਡੇ ਮੈਂ ਕਹਿੰਦਾ ਲੰਗਰ 'ਚ ਰੋਟੀ ਨਾ ਪਕਾਇਆ ਕਰੀਏ ਇੱਕ ਦਿਨ, ਜਦੋਂ ਪੱਕੇਗੀ ਨਹੀਂ ਖਾਣੀ ਕਿੰਨੇ। ਪਰ ਟਰੱਕਾਂ ਵਾਲਿਆਂ ਨੇ ਲੰਘਣਾ ਹੁੰਦਾ, ਚਲੋ ਇੱਥੇ ਤਾਂ ਆਪਾਂ ਕਰ ਨਹੀਂ ਸਕਦੇ, ਪਰ ਕਰਨੀ ਚਾਹੀਦੀ। ਸਾਰੇ ਜਣੇ ਕਰਿਆ ਕਰੋ, ਇੱਕ ਦਿਨ ਖਾਲੀ ਰੱਖਿਆ ਕਰੋ, ਇਹਨੂੰ ਆਰਾਮ ਦਿਆ ਕਰੋ। ਅੱਜ ਰਾਤ ਵੇਲੇ ਰੋਟੀ ਖਾ ਲਈ, ਕੱਲ੍ਹ ਨੂੰ ਸਾਰਾ ਦਿਨ ਨਹੀਂ ਖਾਣੀ। ਮੈਂ ਸ਼ੁੱਕਰਵਾਰ ਦੀ ਸ਼ੁੱਕਰਵਾਰ ਰੱਖਦਾ ਸੀ, ਆ ਹੁਣ ਐਤਕੀ ਲੰਘ ਗਿਆ ਟਾਈਮ ਸ਼ੁੱਕਰਵਾਰ, ਹੁਣ ਮੈਂ ਸੋਮਵਾਰ, ਕੱਲ੍ਹ ਨੂੰ ਮੈਂ ਸੋਚਿਆ ਵੀ ਕੱਲ੍ਹ ਨੂੰ ਰੱਖੂ ਵੀ ਸਾਰਾ ਦਿਨ ਤੁਸੀਂ ਇੱਕ ਦਿਨ ਖਾਲੀ ਰੱਖੋ, ਖਾਓ ਨਾ, ਪੂਰਾ ਦਿਨ ਖਾਲੀ। ਇਹਦੇ ਨਾਲ ਤੁਹਾਡੀ ਸਿਹਤ ਜਿਹੜੀ ਹੈ ਨਾ, ਵੇਖੋਗੇ ਤੁਸੀਂ ਠੀਕ ਹੋਏਗੀ ਬਹੁਤ। ਇਹ ਬਹੁਤ ਚੰਗਾ, ਇਹਦਾ ਬਹੁਤ ਫਾਇਦਾ। ਅਤੇ ਹੁਣ ਜਦੋਂ ਬੰਦਾ ਇੱਦਾਂ ਸੋਚ ਰਿਹਾ, ਭਾਣਾ ਆਟਾ ਭਿਉਣ ਗਏ ਸੀ, ਚੱਕੀ ਸੜ ਗਈ, ਮੋਟਰ ਸੜ ਗਈ, ਚੌਲ ਮੁੱਕੇ ਪਏ ਹੈ, ਗਵਾਂਢੀਆਂ ਨਾਲ ਬਣਦੀ ਕੋਈ ਨਹੀਂ, ਪਾਣੀ ਦੇ 2-3 ਗਲਾਸ ਭਰ ਕੇ ਪੀਓ, ਚੱਲ ਅੱਜ ਯਾਰ ਭੁੱਖ ਹੜਤਾਲ ਹੀ ਠੀਕ ਹੈ, ਸਿਹਤ ਲਈ ਸਹੀ ਹੈ, ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ। ਇਹ ਵੀ ਚੰਗਾ ਹੀ ਹੈ, ਇਹਨੂੰ ਆਰਾਮ ਮਿਲ ਜਾਣ ਦਿਓ ਅੱਜ ਦਾ ਦਿਨ। ਮਤਲਬ ਜਦੋਂ ਬੰਦੇ ਨੇ ਚੰਗਾ ਸੋਚਣਾ ਹੁੰਦਾ ਹੈ, ਉਹ ਭੁੱਖ 'ਚੋਂ ਵੀ ਤੰਦਰੁਸਤੀ ਲੱਭਦਾ ਹੈ ਨਾ। ਹੈ ਤਾਂ ਬੰਦਾ ਭੁੱਖਾ, ਪਰ ਲੱਭਦਾ ਕੀ ਹੈ ਉਹਦੇ ਵਿੱਚੋਂ ਤੰਦਰੁਸਤੀ। ਇਹ ਮੈਂਟਲ ਹੈਲਥ, ਜਿਨ੍ਹਾਂ ਦੀ ਚੰਗੀ, ਜਿਹੜੇ ਬੰਦੇ ਦੀ ਮੈਂਟਲ ਹੈਲਥ ਚੰਗੀ ਹੁੰਦੀ ਹੈ, ਉਹ ਬਿਮਾਰੀ ਉਹ ਭੁੱਖ 'ਚੋਂ ਵੀ ਫਾਇਦਾ ਲੱਭਦਾ ਆਪਣਾ, ਉਹ ਹਰ ਚੀਜ਼ 'ਚੋਂ। ਉਹਨੇ ਸੋਚ ਲੈਣਾ ਚੰਗਾ, ਚੰਗਾ ਸੋਚਣ ਵਾਲੇ ਨੇ ਚੰਗਾ ਹੀ ਸੋਚਣਾ ਹੈ। ਜਿਸ ਬੰਦੇ ਨੇ ਮਾੜਾ ਸੋਚਣਾ ਹੈ, ਉਹਨੇ ਵਧੀਆ ਵਧੀਆ ਮਾਹੌਲ ਦੇ ਵਿੱਚ ਵੀ ਮਾੜਾ ਹੀ ਸੋਚਣਾ। ਚੰਗਾ ਭਲਾ ਏਸੀ ਚੱਲਦਾ, ਬੈੱਡ 'ਤੇ ਪਿਆ, ਤੂੰ ਆਨੰਦ ਲੈ ਸੌਂ, ਉਹ ਚੰਗਾ ਹੈ, ਹੁਣ ਚੰਗਾ ਮਾਹੌਲ ਹੈ। ਜੇ ਕਿਤੇ ਲਾਈਟ ਚਲੀ ਗਈ ਫਿਰ ਕੀ ਬਣੂ, ਫਿਰ ਪੱਖਾ ਨਹੀਂ ਚੱਲੂ, ਫਿਰ ਏਸੀ ਨਹੀਂ ਚੱਲੂ, ਇਹ ਨੈਗੇਟਿਵ ਬੰਦਾ। ਕਿਤੇ ਕੋਈ ਮਾਰੀ ਨਾ ਜਾਵੇ, ਕਿਤੇ ਮੇਰੇ ਘਰ 'ਚ ਕੋਈ ਮਰ ਨਾ ਜਾਵੇ, ਕਿਤੇ ਮੈਂ ਹੀ ਨਾ ਮਰ ਜਾਂ, ਇੱਦਾਂ ਹੀ ਸੋਚੀ ਜਾਂਦਾ ਰਹਿੰਦਾ। ਮਰਨਾ ਜਦੋਂ ਮਰਨਾ ਆਈ ਤਾਂ ਵੇਖਾਂਗੇ, ਪਹਿਲਾਂ ਹੀ ਕਿਉਂ ਮਰਿਆ ਫਿਰਦਾ, ਜਦੋਂ ਸਮਾਂ ਆਊ ਵੇਖ ਲਾਂਗੇ। ਇਸ ਕਰਕੇ ਆਪਣੇ ਆਪ ਨੂੰ ਅਸੀਂ ਕਾਇਮ ਰੱਖੀਏ, ਭਾਣੇ 'ਚ ਚੱਲਣਾ ਸਿੱਖੋ, ਰਾਜਾ 'ਚ ਰਹਿਣਾ ਸਿੱਖੋ। ਜਦੋਂ ਮਿਹਨਤ ਕਰਨ ਤੋਂ ਬਾਅਦ ਵੀ ਕੰਮ ਨਾ ਬਣੇ, ਕੋਈ ਨਹੀਂ ਇਹ ਵੀ ਭਾਣਾ ਹੀ ਹੈ ਜੀ, ਉਦੋਂ ਇੱਦਾਂ ਕਹਿਣਾ। ਤੁਸੀਂ ਜ਼ੋਰ ਲਾ ਲਓ, ਮੈਂ ਹੁਣ ਆਪਣੀ ਮਾਂ ਨੂੰ ਬਚਾਉਣ ਵਾਸਤੇ ਅਸੀਂ 7 ਦਿਨ ਹੋਸਪਿਟਲ 'ਚ ਰੱਖਿਆ, ਨਹੀਂ ਬਚਾ ਸਕੇ, ਬਾਅਦ 'ਚ ਫਿਰ ਕੀ ਕਹਿਣਾ ਹੁੰਦਾ, ਭਾਣਾ। ਪਰ ਇਹ ਥੋੜ੍ਹਾ ਵੀ ਬੰਦਾ ਬਿਮਾਰ, ਕੈਂਸਰ ਹੋਇਆ ਜਾਂ ਬੰਦੇ ਨੂੰ ਦਰਦ ਹੋ ਰਿਹਾ ਹਾਰਟ, ਬਾਪੂ ਨੂੰ ਹਾਰਟ ਦੇ ਵਿੱਚ ਪੇਨ ਹੋਵੇ, ਹਾਏ ਮੇਰੇ ਦਰਦ ਹੁੰਦਾ, ਤੂੰ ਕਵੇ ਕੋਈ ਨਹੀਂ ਬਾਪੂ ਜੀ ਪੈ ਜਾਓ ਭਾਣਾ ਹੀ, ਉਦੋਂ ਨਹੀਂ ਭਾਣਾ ਕਹਿਣਾ, ਉਦੋਂ ਕਹਿਣਾ ਬਾਪੂ ਚੱਲ ਇਲਾਜ ਕਰਾਈਏ, ਚੱਲ ਤੈਨੂੰ ਚੱਕ ਕੇ ਭੱਜੀਏ, ਚੱਲ ਤੇਰਾ ਇਲਾਜ ਕਰਾਈਏ, ਉਦੋਂ ਨੂੰ ਲੈ ਕੇ ਦੌੜਨਾ ਹੈ।
ਤੇ ਜੇ ਫਿਰ ਵੀ ਨਾ ਬਚਿਆ ਫਿਰ ਕੀ ਕਹਿਣਾ ਹੈ? ਭਾਣਾ। ਉਦੋਂ ਕਹਿਣਾ ਕੋਈ ਨਹੀਂ, ਹੁਣ ਭਾਣਾ ਮੰਨੋ, ਫਿਰ ਇੱਦਾਂ ਕਹਿਣਾ। ਤਾਂ ਕਰਕੇ ਫਿਰ ਰਜਾ 'ਚ ਰਾਜੀ ਰਹਿਣਾ ਸਿੱਖੋ।